bounds. ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁਖਮਨ ਚੋਹਲਾ। ਸੁਖਮਨ ਚੋਹਲਾ ਜੋ ਕਿ ਕਬੱਡੀ ਦੇ ਬਹੁਤ ਹੀ ਮਸ਼ਹੂਰ ਖਿਡਾਰੀ ਸਨ, ਅਤੇ ਦੋਸਤੋ ਥੋੜ੍ਹੇ ਹੀ ਦਿਨ ਪਹਿਲਾਂ 17 ਨਵੰਬਰ 2018 ਨੂੰ ਉਹਨਾਂ ਦੇ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਹੈ, ਅਤੇ ਸਾਡੇ ਕਬੱਜੀ ਜਗਤ ਨੂੰ ਬਹੁਤ ਹੀ ਜ਼ਿਆਦਾ ਘਾਟਾ ਪੈ ਚੁੱਕਾ ਹੈ। ਦੋਸਤੋ ਤੁਸੀਂ ਉਹਨਾਂ ਦੀਆਂ ਪਹਿਲਾਂ ਵੀਡੀਓਜ਼ ਵਿੱਚ ਦੇਖਿਆ ਸੀ ਕਿ ਉਹਨਾਂ ਦੀ ਕਬੱਡੀ ਲੱਖ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਸੀ, ਅਤੇ ਸੁਖਮਨ ਚੋਹਲਾ ਦੁਆਰਾ ਰੇਡ ਜਿੱਤੇ ਜਾਣ 'ਤੇ ਉਸ ਨੂੰ ਇਨਾਮ ਅਤੇ ਕਈ ਤਰ੍ਹਾਂ ਦੀਆਂ ਟਰਾਫੀਆਂ ਦਿੱਤੀਆਂ ਜਾਂਦੀਆਂ ਸਨ, ਅਤੇ ਲੋਕ ਸੁਖਮਨ ਚੋਹਲਾ ਦੀ ਇਸ ਕਬੱਡੀ ਦੀ ਰੇਡ ਨੂੰ ਦੇਖ ਕੇ ਆਸ਼ਸ਼ਕਾਰ ਉੱਠਦੇ ਸਨ। ਅਤੇ ਆਓ ਦੋਸਤੋ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਬਾਇਓਗ੍ਰਾਫੀ ਬਾਰੇ। ਦੋਸਤੋ ਸੁਖਮਨ ਚੋਹਲਾ ਦਾ ਜਨਮ 18 ਜਨਵਰੀ 1991 ਨੂੰ ਪਿੰਡ ਚੋਹਲਾ ਸਾਹਿਬ ਵਿਖੇ, ਜੋ ਕਿ ਤਰਨ ਤਾਰਨ ਵਿੱਚ ਸਥਿਤ ਹੈ, ਇਸ ਧਾਰਮਿਕ ਸਥਾਨ 'ਤੇ ਹੋਇਆ। ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਬਲਵੰਤ ਸਿੰਘ ਅਤੇ ਮਾਤਾ ਦਾ ਨਾਮ ਸੁਖਜੀਤ ਕੌਰ ਹੈ। ਅਤੇ ਦੋਸਤੋ ਸੁਖਮਨ ਚੋਹਲਾ ਨੂੰ ਬਚਪਨ ਤੋਂ ਹੀ ਕਬੱਡੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਬਚਪਨ ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ, ਅਤੇ ਉਹਨਾਂ ਨੇ ਸਾਰੇ ਹੀ ਕਬੱਡੀ ਦੇ ਗੁਣ ਦਾਦਾ ਕਪੂਰ ਸਿੰਘ ਤੋਂ ਸਿੱਖੇ ਸਨ, ਅਤੇ ਇਸ ਤਰ੍ਹਾਂ ਹੀ ਉਹ ਅੱਗੇ ਵੱਧਦੇ ਗਏ। ਅਤੇ ਇਸ ਲਗਾਤਾਰ ਵਧਣ ਦੇ ਨਾਲ ਨਾਲ ਉਹਨਾਂ ਨੇ ਵਰਲਡ ਕੱਪ ਕਬੱਡੀ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ, ਅਤੇ ਇੰਗਲੈਂਡ ਵਿੱਚ ਹੋਏ 2010 ਦੇ ਕਬੱਡੀ ਮੈਚ ਵਿੱਚ 2 ਕੱਪ ਜਿੱਤੇ, ਅਤੇ ਯੂਰਪ ਵਿੱਚ 2011 ਵਿੱਚ ਹੋਏ ਕਬੱਡੀ ਕੱਪ ਵਿੱਚ 6 ਕੱਪ ਜਿੱਤ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਅਤੇ ਦੋਸਤੋ ਇਹ ਸੀ ਸੁਖਮਨ ਚੋਹਲਾ ਜੀ ਦੀ ਬਾਇਓਗ੍ਰਾਫੀ, ਅਤੇ ਸੁਖਮਨ ਚੋਹਲਾ ਦੀ ਘਾਟ ਹਮੇਸ਼ਾ ਕਬੱਡੀ ਖੇਡ ਨੂੰ ਲੜਕਦੀ ਰਹੇਗੀ। ਅਤੇ ਦੋਸਤੋ ਅਸੀਂ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਅਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਦੋਸਤੋ।